subscribe now and press the bell icon. ਆਲਮਿਕ ਜੀ ਦੇ ਹੱਥ ਦੇ ਵਿੱਚ ਕਲਮ ਹੈ, ਵੇਖ ਲਓ ਇਸ਼ਾਰੇ ਵਾਲਮੀਕ ਭਗਵਾਨ ਦੇ, ਲਿਖ ਕੇ ਰਮਾਇਣ ਲੇਖ ਲਿਖਤੇ ਜਹਾਨ ਦੇ। ਵਾਲਮੀਕ ਜੀ ਹਮੇਸ਼ਾ ਮਿਹਰਬਾਨ, ਜ਼ਿੰਦਗੀ ਸਵਾਰਨ ਲਈ ਸਾਨੂੰ ਬਖਸ਼ੀ ਕਲਮ ਭਗਵਾਨ। ਭਗਵਾਨ ਵਾਲਮੀਕ ਦੇ ਹੱਥ 'ਚ ਕਲਮ ਹੈ। ਫਲੀਰ ਸਿੰਘ ਜੀ ਖਿਓ ਵਾਲੇ ਆਪਣੀ ਕਲਮ ਤੋਂ ਕਹਿੰਦੇ ਹੈ ਕਿ ਭਾਈ ਪਰਮਾ ਵਾਲਮੀਕ ਦੇ ਇਸ਼ਾਰੇ ਨੂੰ ਵੇਖੀਏ। ਔਰ ਦੂਸਰੀ ਗੱਲ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਔਰ ਉਹਨਾਂ ਦੇ ਜਿਹੜੇ ਸਹਾਇਕ ਸੀ ਨਾਨਕ ਚੰਦ ਰੱਤੂ ਜੀ, ਨਾਨਕ ਚੰਦ ਰੱਤੂ ਜੀ ਬਾਬਾ ਸਾਹਿਬ ਜੀ ਦੇ ਜਿਹੜੇ ਸਹਾਇਕ ਸੀ, ਉਹ ਆਪਣੀ ਕਿਤਾਬ ਦੇ ਵਿੱਚ, ਕਿਤਾਬ ਦਾ ਨਾਂ ਹੈ ਬਾਬਾ ਸਾਹਿਬ ਡਾਕਟਰ ਅੰਬੇਡਕਰ ਸੰਸਮਰਨ ਔਰ ਸਮਰੱਥਿਆ, ਇਹ ਕਿਤਾਬ ਹੈ। ਇਸ ਕਿਤਾਬ ਦੇ ਵਿੱਚ ਨਾਨਕ ਚੰਦ ਰੱਤੂ ਜੀ ਕਹਿੰਦੇ ਹੈ ਕਿ ਬਾਬਾ ਸਾਹਿਬ ਇੱਕ ਔਰ ਮੇਰੇ ਕੋਲ ਆ ਕੇ ਕਹਿਣ ਲੱਗੇ ਕਿ ਨਾਨਕ ਚੰਦ, ਇਹ ਜਿਹੜੀ ਪਛੜੀ ਹੋਈ ਕੌਮ ਹੈ ਜਿਨ੍ਹਾਂ ਚਿਰ ਤੁਲਸੀਦਾਸ ਨੂੰ ਛੱਡ ਕੇ ਭਗਵਾਨ ਵਾਲਮੀਕ ਨੂੰ ਆਪਣੇ ਘਰੇ ਨਹੀਂ ਲੈ ਕੇ ਆਉਂਦੇ, ਭਗਵਾਨ ਵਾਲਮੀਕ ਦੀ ਕਲਮ ਨੂੰ ਨਹੀਂ ਫੜਦੇ, ਉਹਨਾਂ ਚਿਰ ਇਹ ਕੌਮ ਪਛੜੀ ਰਹੂਗੀ। ਇਸ ਕਿਤਾਬ ਦੇ ਵਿੱਚ ਜਿਹੜਾ ਹੈ ਨਾਨਕ ਚੰਦ ਰੱਤੂ ਜੀ ਕਹਿ ਰਹੇ ਆ ਕਿ ਬਾਬਾ ਸਾਹਿਬ ਕਹਿ ਰਹੇ ਆ ਕਿ ਭਾਈ ਭਗਵਾਨ ਵਾਲਮੀਕ ਦਾ ਜਿਹੜਾ ਹੈ ਉਹਦੇ ਇਸ਼ਾਰੇ ਨੂੰ ਵੇਖੋ, ਭਗਵਾਨ ਵਾਲਮੀਕ ਦੇ, ਭਗਵਾਨ ਵਾਲਮੀਕ ਦੇ ਇਸ਼ਾਰੇ ਨੂੰ ਵੇਖੋ ਔਰ ਆਪਣੇ ਘਰ ਦੇ ਵਿੱਚ ਭਗਵਾਨ ਵਾਲਮੀਕ ਜੀ ਦੀ ਗੁਰਬਾਣੀ ਦਾ ਜਾਪ ਕਰਵਾਓ, ਪਾਠ ਕਰਵਾਓ। ਔਰ ਬੇਨਤੀ ਹੈ ਸੰਗਤਾਂ ਨੂੰ ਕਿ ਸੁਬਾਹ ਜਿਹੜਾ ਭੋਗ ਪਾਏ ਜਾਣਗੇ, ਹਰ ਸਾਲ ਅਖੰਡ ਪਾਠ ਸਾਹਿਬ ਪ੍ਰਕਾਸ਼ ਕੀਤੇ ਜਾਂਦੇ ਆ, ਕੱਲ੍ਹ ਨੂੰ 10:30 ਭੋਗ ਪੈਣਗੇ। ਸਾਰੀ ਸੰਗਤ ਨੂੰ ਬੇਨਤੀ, ਆਪਾਂ ਬੜੇ ਦੂਰੋਂ ਦੂਰੋਂ ਚੱਲ ਕੇ ਆਉਣੇ ਹਾਂ ਕਿ ਆਪਾਂ ਚੱਲੇ ਹਾਂ ਜੀ ਵਾਲਮੀਕ ਤੀਰਥ, ਭੋਗ ਪੈਣਗੇ ਅਸੀਂ ਉੱਥੇ ਚੱਲੇ ਹਾਂ, ਪਰ ਭੋਗ ਤੋਂ ਪਹਿਲਾਂ ਅਸੀਂ ਲੰਘ ਜਾਂਦੇ ਹਾਂ। ਆਪਾਂ ਹੋਰ ਗੁਰਧਾਮਾਂ 'ਤੇ ਜਾਂਦੇ ਹਾਂ, ਸ਼੍ਰੀ ਹਰਿਮੰਦਰ ਸਾਹਿਬ ਹੇਮਕੁੰਡ ਜਾਂਦੇ ਹਾਂ, ਉੱਥੇ ਪੂਰੀ ਮਰਿਆਦਾ ਨਾਲ ਜਾਂਦੇ ਹਾਂ, ਭੋਗ ਤੋਂ ਬਾਅਦ ਆਉਂਦੇ ਹਾਂ। ਇੱਥੇ ਵੀ ਆਪਾਂ ਪੈਸੇ ਲਾ ਕੇ ਆਏ ਹਾਂ, ਕੱਲ੍ਹ ਨੂੰ 10:30 ਭੋਗ ਪੈਣਗੇ ਅਤੇ ਭੋਗ ਤੋਂ ਬਾਅਦ ਜਿਹੜਾ ਆਪਾਂ ਸਾਰੀ ਸੰਗਤ ਨੇ ਜਾਣਾ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਦੇ ਵਿੱਚ ਆਦਿਵਾਸੀਆਂ ਦੇ ਕੌਮੀ ਗ੍ਰੰਥ ਸਾਹਿਬ ਗਿਆਨ ਪ੍ਰਕਾਸ਼ ਜੀ ਦੇ ਅਖੰਡ ਪਾਠ ਕੀਰਤਨ ਸਹਿਜ ਪਾਠ ਕਰਵਾਓ ਔਰ ਗੁਰੂ ਮਹਾਰਾਜ ਤੋਂ ਜਿਹੜਾ ਆਪਣੇ ਨਗਰਾਂ ਦੇ ਮੰਦਰਾਂ ਦੇ ਵਿੱਚ ਜਿਹੜਾ ਉਹ ਗ੍ਰੰਥ ਸਾਹਿਬ ਲੈ ਕੇ ਜਾਓ। ਅੱਜ ਦੇ ਇਸ ਪਵਿੱਤਰ ਦਿਹਾੜੇ ਦੀਆਂ ਸਾਡੇ ਜੈਗੁਰੂ ਵਾਲਮੀਕ ਕੀਰਤਨ ਜੱਥੇ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਜੀ। ਸਾਰੀ ਸੰਗਤ ਨੇ ਹੱਥ ਖੜੇ ਕਰਕੇ ਜੈਕਾਰਾ ਬੋਲਣਾ। ਜੋ ਬੋਲੇ ਸੋ ਨਿਰਭੈ, ਸ਼੍ਰੀ ਸ਼੍ਰੀ 107 ਗੁਰੂ ਗੁਰੂ ਗਿਆਨ ਨਾਥ ਮਹਾਰਾਜ ਕੀ।